ਦੇਖੋ ਮੈਨੂੰ ਇਸ ਗੱਲ ਦਾ ਦੁੱਖ ਹੈ, ਮੇਰਾ ਯਾਰ ਫੜ ਲਿਆ, ਮੈਂ ਤਾਂ ਪਤਾ ਵੀ ਲੈਣ ਜਾਊਂਗਾ ਔਰ ਉਹਨੂੰ ਹੌਸਲਾ ਵੀ ਦੇ ਕੇ ਆਊਂਗਾ ਕਿ ਕੋਈ ਨਾ, ਜੇਲ੍ਹ 'ਚ ਘਬਰਾਈਦਾ ਨਹੀਂ ਹੁੰਦਾ, ਅਸੀਂ ਸਾਰੇ ਤੇਰੇ ਨਾਲ ਹਾਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਬਿਕਰਮ ਮਜੀਠੀਆ ਦਾ ਇਹ ਬਿਆਨ ਆਇਆ ਜਿਸ ਦੇ ਵਿੱਚ ਮਜੀਠੀਆ ਮਜ਼ਾਕ ਉਡਾਉਂਦੇ ਦਿਖਾਈ ਦੇ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਮੇਰੇ ਯਾਰ ਨੂੰ ਗ੍ਰਿਫਤਾਰ ਕਰ ਲਿਆ, ਦੁੱਖ ਤਾਂ ਮੈਨੂੰ ਬਹੁਤ ਹੈ, ਪਰ ਨਾਲ ਦੀ ਨਾਲ ਬਿਕਰਮ ਮਜੀਠੀਆ ਨੇ ਇੱਥੇ ਜੋ ਸ਼ਰਾਬ ਨੀਤੀ ਦੇ ਤਹਿਤ ਸ਼ਰਾਬ ਵੇਚੀ ਜਾਣੀ ਸੀ ਦਿੱਲੀ ਦੇ ਵਿੱਚ, ਉਸ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਵੀ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੋ ਕਥਿਤ ਘੁਟਾਲਾ ਦਿੱਲੀ ਦੇ ਵਿੱਚ ਹੋਇਆ ਉਹੀ ਪੰਜਾਬ ਦੇ ਵਿੱਚ ਹੋਇਆ, ਪਰ ਪੰਜਾਬ ਦੇ ਵਿੱਚ ਇਸ ਦੀ ਜਾਂਚ ਨਹੀਂ ਹੋਵੇਗੀ, ਇਹ ਮੈਨੂੰ ਪੂਰਾ ਯਕੀਨ ਹੈ। ਮਜੀਠੀਆ ਨੇ ਇਸ ਦੇ ਪਿੱਛੇ ਤਰਕ ਇਹ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰ ਸਰਕਾਰ ਦੇ ਨਾਲ ਪੂਰੀ ਸੈਟਿੰਗ ਹੈ, ਇਸ ਕਰਕੇ ਪੰਜਾਬ ਦੇ ਵਿੱਚ ਇਸ ਦੀ ਜਾਂਚ ਨਹੀਂ ਹੋਣ ਵਾਲੀ ਹੈ। ਗੁਜਰਾਂ ਪਿੰਡ ਦੇ ਵਿੱਚ ਸ਼ਰਾਬ ਪੀਣ ਦੇ ਨਾਲ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਇਸ ਮਾਮਲੇ ਉੱਤੇ ਵੀ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਘੇਰਿਆ। ਮਜੀਠੀਆ ਦਾ ਕਹਿਣਾ ਹੈ ਕਿ ਭਾਵੇਂ ਕਿ ਸ਼ਰਾਬ ਮੰਤਰੀ ਪੰਜਾਬ ਦੇ ਵਿੱਚ ਹਰਪਾਲ ਚੀਮਾ ਨੇ, ਪਰ ਇਸ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ 'ਤੇ ਇਸ ਮਹਿਕਮੇ ਦੇ ਜ਼ਿੰਮੇਵਾਰ ਨੇ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਮੁੱਖ ਮੰਤਰੀ ਪਹਿਲਾਂ ਸਰਕਾਰ ਦੇ ਵਿੱਚ ਨਹੀਂ ਸੀ, ਵਿਰੋਧੀ ਧਿਰ ਵਿੱਚ ਹੁੰਦਿਆਂ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਜਦੋਂ ਮੌਤਾਂ ਹੁੰਦੀਆਂ ਸੀ ਸ਼ਰਾਬ ਪੀਣ ਦੇ ਨਾਲ, ਉੱਥੇ CBI ਜਾਂਚ ਦੀ ਮੰਗ ਕਰਦੇ ਸਨ, ਪਰ ਹੁਣ ਅਜੇ ਤੱਕ ਇਸ ਮਾਮਲੇ 'ਤੇ ਕੁਝ ਵੀ ਬੋਲੇ ਨਹੀਂ, ਤਾਂ ਇਸ ਦੇ ਕਰਕੇ ਉਹਨਾਂ ਦੇ ਉੱਤੇ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਸ਼ਰਾਬ ਨੀਤੀ ਦੇ ਤਹਿਤ ਜਿਸ ਤਰੀਕੇ ਦੇ ਨਾਲ ਵੱਡਾ ਘੁਟਾਲਾ ਦਿੱਲੀ ਦੇ ਵਿੱਚ ਕੀਤਾ ਗਿਆ, ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਜਾਂਚ ਹੋਣੀ ਚਾਹੀਦੀ ਹੈ। ਤਾਂ ਇੱਥੇ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਕਈ ਗੱਲਾਂ ਬਿਕਰਮ ਮਜੀਠੀਆ ਕਰਦੇ ਦਿਖਾਈ ਦਿੱਤੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਬਿਕਰਮ ਮਜੀਠੀਆ ਦੇ ਵੱਲੋਂ ਜਿਸ ਮਜ਼ਾਕੀਆ ਅੰਦਾਜ਼ ਦੇ ਵਿੱਚ ਕੇਜਰੀਵਾਲ ਨੂੰ ਭਰੋਸਾ ਦਿਵਾਇਆ ਗਿਆ ਜਾਂ ਫਿਰ ਉਹਨਾਂ ਦੇ ਨਾਲ ਖੜ੍ਹਨ ਦਾ ਐਲਾਨ ਕੀਤਾ ਗਿਆ, ਇਹ ਤਰੀਕਾ ਸਹੀ ਹੈ, ਜਾਂ ਫਿਰ ਜੋ ਬਿਕਰਮ ਮਜੀਠੀਆ ਦੇ ਵੱਲੋਂ ਵੱਡੇ ਇਲਜ਼ਾਮ ਪੰਜਾਬ ਦੇ ਵਿੱਚ ਸ਼ਰਾਬ ਘੁਟਾਲੇ ਦੇ ਲਗਾਏ ਜਾ ਰਹੇ ਨੇ, ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ, ਜਾਂ ਫਿਰ ਜਿਵੇਂ ਉਹਨਾਂ ਦਾ ਕਹਿਣਾ ਕਿ ਇਸ ਦੀ ਜਾਂਚ ਨਹੀਂ ਹੋਵੇਗੀ, ਕੇਂਦਰ ਸਰਕਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਧੀ ਸੈਟਿੰਗ ਹੈ। ਇਸ ਤਰ੍ਹਾਂ ਇਲਜ਼ਾਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਅੱਜ ਸਭ ਤੋਂ ਵੱਡਾ ਮਾਫੀਆ ਸ਼ਰਾਬ ਦਾ ਔਰ ਰੇਤ ਮਾਫੀਆ, ਖਨਨ ਮਾਫੀਆ ਚਲਾਉਣ ਵਾਲੇ ਲੋਕ ਜਿਹਦੇ ਨਾਲ ਆਮ ਆਦਮੀ ਪਾਰਟੀ ਦੀ ਫੰਡਿੰਗ ਹੁੰਦੀ ਸੀ, ਉਹ ਤਾਂ ਹਲੇ ਦਿੱਲੀ ਦੇ ਫੜੇ ਗਏ ਆ, ਪੰਜਾਬ ਦੇ ਵੀ ਫੜੇ ਜਾਣੇ, ਔਰ ਮੈਂ ਪਹਿਲਾਂ ਕਹਿੰਦਾ ਸਭ ਫੜੇ ਜਾਣਗੇ। ਹੁਣ ਹੌਲੀ ਹੌਲੀ ਕੰਮ ਚੱਲਿਆ ਹੁੰਦਾ ਉੱਧਰ ਨੂੰ, ਕਿਉਂਕਿ ਐਵਰੀਬਡੀ ਨੋਜ਼ ਕਿ ਕੇਜਰੀਵਾਲ ਸਾਹਿਬ ਨੇ ਆਪਦੇ ਹਰ ਵਾਅਦੇ ਤੋਂ ਸਮਰਸੋਲਟ ਕੀਤਾ। VIP ਕਲਚਰ, ਕੱਟਰ ਇਮਾਨਦਾਰੀ ਕੀ ਬਾਤ ਕਰਤੇ ਥੇ, ਜਿਤਨਾ ਘਪਲਾ ਹਰ ਸਕੀਮ ਮੇਂ ਹੋ ਰਹਾ ਹੈ, ਚਾਹੇ ਸ਼ਰਾਬ ਹੈ, ਚਾਹੇ ਰੇਤ ਹੈ, ਚਾਹੇ ਔਰ ਚੀਜ਼ਾਂ, ਜਿਸ ਦਿਨ ਇਨਕੁਆਇਰੀ ਹੋਗੀ ਆਪਕੇ ਸਾਹਮਣੇ ਆ ਜਾਏਗਾ, ਜਾਂ ਚੱਬੇਵਾਲ ਸਾਹਿਬ ਜੋ ਇੱਕ MLA ਹੈ ਕਾਂਗਰਸ ਕੇ, ਉਸਕੀ ਇਨਕੁਆਇਰੀ ਇਹਨਾਂ ਨੇ ਕਰਾਈ, ਅਬ ਜਬ ਉਹ ਚਲੇ ਗਿਆ ਆਮ ਆਦਮੀ ਪਾਰਟੀ ਮੇਂ, ਤੋ ਪਤਾ ਨਹੀਂ ਕੌਨ ਸਾ ਵਾਸ਼ਿੰਗ ਪਾਊਡਰ ਇਸਤੇਮਾਲ ਕਰ ਲਿਆ, ਕੌਨ ਸੀ ਵਾਸ਼ਿੰਗ ਮਸ਼ੀਨ ਮੇਂ ਨਿਕਾਲ ਦਿਆ ਕਿ ਅਬ ਠੀਕ ਹੋਗਾ।